ਮੇਰੇ ਖਿਆਲ ਨਾਲ 4 ਸਾਲ ਬਾਅਦ ਮੇਰੀ ਫਿਲਮ ਰਿਲੀਜ਼ ਹੋਈ ਆ। ਮੈਂ ਵਿੱਚ ਬ੍ਰੇਕ ਲਿੱਤਾ ਹੋਇਆ ਸੀਗਾ, ਕੁਛ ਮੈਂ ਬ੍ਰੇਕ ਲਿੱਤਾ ਸੀਗਾ, ਕੁਛ ਕੁਦਰਤ ਨੇ ਬ੍ਰੇਕ ਦੇਤਾ ਕੋਵਿਡ ਕਰਕੇ। ਓਨੈਸਟਲੀ ਦੱਸਾਂ, ਮੈਨੂੰ ਨਾ ਆਪਣੇ ਆਪ ਨੂੰ ਸਕਰੀਨ 'ਚ ਦੇਖਣਾ ਥੋੜ੍ਹਾ ਅਜੀਬ ਜਿਹਾ ਲੱਗਦਾ, ਮੈਂ ਅਵੋਇਡ ਕਰਦੀ, ਪਰ ਪ੍ਰੀਮੀਅਰ ਹੁੰਦੇ ਆ ਤਾਂ ਸਾਨੂੰ ਅਟੈਂਡ ਕਰਨੇ ਪੈਂਦੇ ਆ, ਬਟ ਅਦਰਵਾਈਜ਼ ਮੈਨੂੰ ਥੋੜ੍ਹਾ ਅਜੀਬ ਲੱਗਦਾ, ਪਰ ਵਧੀਆ ਲੱਗ ਰਿਹਾ। ਬੂਮੈਂ ਟਰਕੀ ਦੇ ਪ੍ਰੀਮੀਅਰ 'ਤੇ ਪਹੁੰਚੇ ਹੋਏ ਆ, 1 ਮਾਰਚ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਔਰ ਇੰਨੀ ਪਿਆਰੀ ਜੀ ਕੁੜੀ ਸਾਡੇ ਨਾਲ ਮੌਜੂਦ ਹੈ, ਈਸ਼ਾ ਰਿੱਕੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਹਿਲੀ ਗੱਲ ਕੀ ਤੁਹਾਡੀ ਫਿਲਮ ਦਾ ਪ੍ਰੀਮੀਅਰ, ਔਰ ਇੰਨੀ ਜ਼ਿਆਦਾ ਕਹਿੰਦੇ ਹੁੰਮ ਹੁਮਾ ਕੇ ਤੁਹਾਡੇ ਸਪੋਰਟਰਸ ਜਿਹੜੇ ਪਹੁੰਚੇ ਹੋਏ ਆ, ਕਿਵੇਂ ਦੀ ਫੀਲਿੰਗ? ਫੀਲਿੰਗਸ ਡੈਫੀਨੇਟਲੀ ਬਹੁਤ ਵਧੀਆ ਹੈ, ਕਿਉਂਕਿ ਮੇਰੇ ਖਿਆਲ ਨਾਲ 4 ਸਾਲ ਬਾਅਦ ਮੇਰੀ ਫਿਲਮ ਰਿਲੀਜ਼ ਹੋਈ ਆ। ਮੈਂ ਵਿੱਚ ਬ੍ਰੇਕ ਲਿੱਤਾ ਹੋਇਆ ਸੀਗਾ, ਕੁਛ ਮੈਂ ਬ੍ਰੇਕ ਲਿੱਤਾ ਸੀਗਾ, ਕੁਛ ਕੁਦਰਤ ਨੇ ਬ੍ਰੇਕ ਦਿੱਤਾ ਕੋਵਿਡ ਕਰਕੇ, ਸੋ ਬਹੁਤ ਚੰਗਾ ਲੱਗ ਰਿਹਾ ਮੈਨੂੰ। ਅੱਜ ਜਦੋਂ ਆਪਣੇ ਸੀਨਸ ਆ ਰਹੇ ਸੀ, ਰੋਮੈਂਟਿਕ ਜਦੋਂ ਫਿਲਮਾਇਆ ਜਾ ਰਿਹਾ ਸੀਗਾ ਤੁਹਾਡਾ, ਔਰ ਰੋਸ਼ਨ ਪ੍ਰਿੰਸ ਸਰ ਦਾ ਇੱਕ ਰੋਮੈਂਟਿਕ ਐਂਗਲ, ਉਹ ਸਭ ਗਾਣੇ, ਉਹ ਸਕਰੀਨ ਪਲੇ, ਉਹ ਸਭ ਦੇਖਣਾ ਕਿਸ ਤਰ੍ਹਾਂ ਦਾ ਲੱਗ ਰਿਹਾ ਸੀਗਾ, ਉਹ ਲੁੱਕ ਆਪਣੇ ਆਪ ਨੂੰ ਦੇਖਣਾ ਕਿੱਦਾਂ ਦਾ ਲੱਗ ਰਿਹਾ? ਓਨੈਸਟਲੀ ਦੱਸਾਂ, ਮੈਨੂੰ ਨਾ ਆਪਣੇ ਆਪ ਨੂੰ ਸਕਰੀਨ 'ਚ ਦੇਖਣਾ ਥੋੜ੍ਹਾ ਅਜੀਬ ਜਿਹਾ ਲੱਗਦਾ, ਮੈਂ ਅਵੋਇਡ ਕਰਦੀ, ਪਰ ਪ੍ਰੀਮੀਅਰ ਹੁੰਦੇ ਆ ਤਾਂ ਸਾਨੂੰ ਅਟੈਂਡ ਕਰਨੇ ਪੈਂਦੇ ਆ, ਬਟ ਅਦਰਵਾਈਜ਼ ਮੈਨੂੰ ਥੋੜ੍ਹਾ ਅਜੀਬ ਲੱਗਦਾ, ਪਰ ਵਧੀਆ ਲੱਗ ਰਿਹਾ ਸੀਗਾ ਮੈਨੂੰ। ਜਿਵੇਂ ਸਾਰੇ ਕਹਿ ਰਹੇ ਸੀਗੇ ਕਿ ਜੋੜੀ ਸੋਹਣੀ ਲੱਗ ਰਹੀ ਹੈ, ਸੀਨਸ ਵਧੀਆ ਲੱਗ ਰਿਹਾ, ਤੁਹਾਡੇ ਕੈਮਿਸਟਰੀ ਵਧੀਆ ਲੱਗ ਰਹੀ ਹੈ, ਸੋ ਚੰਗਾ ਲੱਗ ਰਿਹਾ ਸੀਗਾ। ਬਾਕੀ ਤੁਸੀਂ ਦੱਸੋ। ਅੱਛਾ, ਕਈ ਵਾਰੀ ਕੀ ਹੁੰਦਾ ਕਿ ਆਰਟਿਸਟ ਐਡੀਟਿੰਗ ਵੇਲੇ ਵੀ ਕਾਫੀ ਵਾਰੇ ਫਿਲਮ ਜਿਹੜੀ ਹੁੰਦੀ ਦੇਖ ਲੈਂਦੇ, ਸੋ ਤੁਸੀਂ ਪ੍ਰੀਮੀਅਰ ਤੋਂ ਪਹਿਲੇ ਦੇਖੀ ਹੋਈ ਸੀ ਫਿਲਮ ਕਿ ਅੱਜ ਪਹਿਲੀ ਵਾਰ ਖੁਦ ਦੇਖੀ ਹੈ? ਮੈਂ ਡਬਿੰਗ 'ਚ ਥੋੜ੍ਹੇ ਬਹੁਤ ਬਿਟਸ ਐਂਡ ਪੀਸਿਸ 'ਚ ਦੇਖੀ ਸੀਗੀ, ਬਟ ਪ੍ਰੋਪਰ ਬੈਕਗਰਾਊਂਡ ਸਕੋਰ ਨਾਲ, ਪ੍ਰੋਪਰ ਬੈਕਗਰਾਊਂਡ ਮਿਊਜ਼ਿਕ ਦੇ ਨਾਲ ਮੈਂ ਹੁਣ ਦੇਖੀ ਹੈ। ਅੱਛਾ, ਤੁਹਾਡੇ ਕੰਮ ਦੀ ਤਾਂ ਬਹੁਤ ਤਾਰੀਫ ਹੋ ਹੀ ਰਹੀ ਹੈ, 52 ਆਰਟਿਸਟ ਦੀ ਫਿਲਮ ਹੈ, ਯੋਗਰਾਜ ਸਿੰਘ ਜੀ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ, ਸੋ ਜਦੋਂ ਤੁਸੀਂ ਬਾਕੀ ਆਰਟਿਸਟ ਦਾ ਕੰਮ ਦੇਖ ਰਹੇ ਸੀ ਜਿਨ੍ਹਾਂ ਨਾਲ ਤੁਹਾਡੇ ਸੀਨ ਨਹੀਂ ਸੀਗੇ, ਸੋ ਉਹਨਾਂ ਦਾ ਕੰਮ ਪਰਸਨਲੀ ਤੁਹਾਨੂੰ ਕਿੱਦਾਂ ਦਾ ਲੱਗਿਆ? ਬਹੁਤ ਵਧੀਆ, ਕਿਉਂਕਿ ਉਹ ਸਾਰੇ ਤਾਂ ਮੰਨੇ ਹੋਏ ਨਾਮ ਆ, ਅਤੇ ਨਾਲੇ ਇੰਨਾ ਟਾਈਮ ਹੋ ਗਿਆ ਸਾਰਿਆਂ ਨੂੰ ਕੰਮ ਕਰਦੇ, ਸਾਰੇ ਇੰਨੇ ਸੀਨੀਅਰਸ ਹੈਗੇ ਆ, ਅਤੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ। ਅੱਛਾ, ਅੱਜ ਪਰਿਵਾਰ ਵੱਲੋਂ ਔਰ ਆਪਣੇ ਜਿਹੜੇ ਸਪੋਰਟਰਸ ਹੈ, ਪਰਸਨਲੀ ਮੈਸੇਜਿਸ ਔਰ ਫੋਨ ਕਾਲਸ ਕਿੰਨੀਆਂ ਆ ਰਹੀਆਂ ਨੇ? ਫੈਮਿਲੀ ਬੜੀ ਖੁਸ਼ ਆ, ਇਨਫੈਕਟ ਮੈਨੂੰ ਕਾਫੀ ਮੇਰੇ ਕਜ਼ਨਸ ਅਤੇ ਮੇਰੀ ਫੈਮਿਲੀ ਕਾਫੀ ਕਾਲਸ ਕਰ ਰਹੇ ਆ, ਪਰ ਮੈਂ ਇੱਥੋਂ ਫ੍ਰੀ ਹੋਊਂਗੀ ਤਾਂ ਮੈਂ ਉਹਨਾਂ ਨੂੰ ਥੈਂਕ ਯੂ ਕਰਾਂਗੀ, ਬਟ ਨਹੀਂ, ਮੈਂ ਆਈ ਐਮ ਵੈਰੀ ਗ੍ਰੇਟਫੁਲ ਟੂ ਗੋਡ ਦੈਟ ਯੂ ਨੋ ਫੈਮਿਲੀ, ਫਰੈਂਡਸ, ਐਵਰੀਬਡੀ ਸਪੋਰਟਡ, ਇਨਫੈਕਟ ਮੇਰੇ ਕਾਫੀ ਫਰੈਂਡਸ ਵੀ ਆਏ ਹੋਏ ਸੀਗੇ ਪ੍ਰੀਮੀਅਰ ਲਈ। ਸੋ ਇੱਕ ਵਾਰੀ ਫਿਰ ਤੋਂ ਸਾਰੀ ਆਡੀਅੰਸ ਨੂੰ ਦੱਸ ਦਿਓ, 1 ਮਾਰਚ ਨੂੰ ਕਿਹੜੀ ਫਿਲਮ ਆ ਰਹੀ ਹੈ? ਬੂਮ ਹੈ ਡਰ ਗਈ, ਪਲੀਜ਼ ਜਾ ਕੇ ਜ਼ਰੂਰ ਦੇਖਿਓ। ਥੈਂਕ ਯੂ ਜੀ, ਥੈਂਕ ਯੂ।